ਇਹ ਯਾਰ ਗੱਲ ਹੈ ਕੋਈ ਭਲਾ ਇਹ ਅੱਛਾ ਘੇਰ ਘੜਦਾ ਖਰਚਾ ਘੇਰ ਘੜਦਾ ਜਦੋਂ ਦੀ ਐ ਤੂੰ ਐ ਸਕੂਟਰ ਜਿਹਦੇ ਲੱਗ ਰਿਹਾ ਉਹਦਾ ਝਾਟੀਆਂ ਲੈਣਾ ਹੈ ਓਏ ਕੰਮ ਕਿਹੜੇ ਆਇਆ ਹੋਇਆ 2.5 ਕਿੱਲੇ ਫੇਚ ਕੇ ਆਪਾਂ ਭਲਾ ਝੂਟੀਆਂ ਲੈਣ ਆਇਆ ਹੋਇਆ ਇੱਥੇ ਉਹ ਕਰਾਂਗੇ ਕੰਮ ਵੀ ਕੋਈ ਮੈਨੂੰ ਤਾਂ ਮੇਰਾ ਰੱਗ ਲੱਗੀ ਪਈ ਐ ਤੂੰ ਹੁਣ ਸਕੂਟਰ ਤੇ ਝਾਟੀਆਂ ਲੈਂਦਾ ਫਿਰਦਾ ਹੁੰਦਾ ਅਨਜੋਏ ਵੀ ਤਾਂ ਚਾਹੀਦੀ ਐ ਮੈਂ ਤਾਂ ਜਦੋਂ ਆਉਣਾ ਇੱਥੇ ਆ ਕਰਤਾ ਪਜਾ ਕਰਦੀ ਕਰਦਾਗਾ ਮੇਰੇ ਸਾਲੇ ਕਲੰਨ ਜਵਾਕ ਨੇ ਵਕਤ ਪਾਇਆ ਹੈ ਘਰੇ ਜੀਰੀ ਵੱਢਣ ਲਈ ਪਈ ਐ ਮੈਂ ਆ ਫਿਰਦਾ ਢਾਬੇ ਤੇ ਰੋਟੀ ਖਾਂਦਾ ਤੇ ਮਗਰ ਮਗਰ ਹੌਲੀ ਬੋਲ ਪਾ ਮਸਲਾ ਬਾਹਰ ਫਿਰਦੇ ਆਪਾਂ ਘਰੇ ਨਹੀਂਗਾ ਸਾਰੇ ਰਾਣੀ ਚੁੱਪ ਕਰੇ ਤੂੰ ਇੱਥੇ ਵੀ ਬੋਲੀ ਉਹ ਕਰਮ ਚੰਗੇ ਨੇ ਜਿਹਨਾਂ ਦੇ ਜਵਾਕ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਕੰਮ ਕਰਾਉਂਦੇ ਨੇ ਆ ਹੁਣ ਆਹੀ ਟਾਈਮ ਆ ਮਹੀਨਾ ਦੋ ਮਹੀਨੇ ਦਾਣੇ ਇਕੱਠੇ ਕਰਨ ਦਾ ਪੂਰੇ ਦਿਮਾਗ ਖਰਾਬ ਆ ਓਏ ਬੋਲੀ ਜਾਣਾਗਾ ਤੂੰ ਪਹਿਲਾਂ ਪ੍ਰਸ਼ਾਦਾਂ ਦਾ ਸ਼ੱਕ ਲੈ ਫੇਰ ਕਰ ਲਈ ਗੱਲਾਂ ਹੈ ਸਰੂਪ ਮੇਰਾ ਕਾਲਜਾ ਮੱਚਿਆ ਪਿਆ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਚਟਣੀ ਘੱਟ ਖਾ ਇਹ ਚ ਜ਼ਿਆਦਾ ਮਿਰਚਾਂ ਨੇ ਕਾਲਜਾ ਤਾਂ ਮੱਚੂਗੀ ਕਾਲਜੇ ਨੂੰ ਕਿੰਨਾ ਗਿਆ ਕੱਪੜੇ ਚੱਜ ਦੇ ਪਾ ਕੇ ਆ ਜਾਂਦਾ ਯਾਰ ਗਾਹਾਂ ਯਾਰ ਮੇਰਾ ਮੁੰਡਾ ਫੌਜ ਚੋਂ ਜੰਗ ਜਿੱਤ ਕੇ ਆ ਰਿਹਾ ਹੈ ਵੀ ਸਨਮਾਨ ਤੱਕਰਾਂ ਨੂੰ ਮੈਂ ਤਾਂ ਇਹ ਕਹਿਣਾ ਉੱਥੇ ਜਹਾਜ਼ ਉੱਤਰਦੇ ਢਾਲੋ ਲਾ ਲਾ ਕੇ ਚਪੇੜੇ ਨਾ ਕਿ ਫੇਰ ਲੈ ਕੇ ਆਇਓ ਉਹਨੇ ਮੈਂ ਤਾਂ ਤੈਨੂੰ ਪਹਿਲੇ ਦਿਨ ਤੋਂ ਕਹਿੰਦਾ ਆਇਆ ਬਾਈ ਮੁੰਡੇ ਰੱਬ ਦੇ ਦੇ ਰੱਸਾ ਆਪਾ ਤੂੰ ਹੀ ਨਹੀਂ ਪਾਉਂਦਾ ਹੈਗਿਆ ਹੈ ਉਹ ਯਾਰ ਮੈਂ ਕੀ ਕਰਾਂ ਇਹਦੀ ਮਾਂ ਨਹੀਂ ਟਿਕਦੀ ਇਹ ਜੀ ਸਾਡੇ ਵਾਲੀ ਲਾਦ ਆ ਜਿਹੜੀ ਸਾਡੇ ਪਿੱਛੇ ਨਹੀਂ ਲੱਗਦੀ ਹੈਗੀ ਫਿਰਦੀ ਆ ਉਹਨੇ ਝਾਟਾ ਜਾ ਖੋਲੀ ਵੀ ਦੱਸ ਸੋਢੇ ਤਾਂ ਪਾੜੇ ਪੁਆਏ ਹੋਏ ਨੇਗੇ ਠੰਡ ਉਹ ਤਾਂ ਕਿਸੇ ਪਾਰਟੀ ਨੂੰ ਆਪਾਂ ਸਮਰਥਨ ਦਿੰਦੇ ਨੀ ਤਾਂ ਹੀ ਕਾਲੀ ਪੱਗ ਬੰਨ ਲਈ ਵਿੱਚੋਂ ਤਾਂ ਆਪਾਂ ਝਾੜੂ ਵਾਲੀ ਆ ਹੋ ਗਈ ਗੱਲ ਬਾਤ ਤੇਰਾ ਟੌਲ ਲੱਗ ਜੇ ਸਾਰੇ ਟੌਲ ਮਰੀ ਨੇ ਆਪਣੇ ਟੌਲ ਅੱਛਾ ਲੋੜ ਹੀ ਨਹੀਂ ਕਾਰਡ ਦਿਖਾਉਣ ਦੀ ਐ ਕਰ ਦਿੰਦੇ ਆ ਕਹਿੰਦੇ ਲੱਗ ਜੋ ਲੰਘਾ ਦਿੰਦੇ ਨੇ ਆਹੀ ਨਹੀਂ ਬਦੇ ਭਾਈ ਕਾਰਾਂ ਰੋਕੀਆਂ ਆਪਣੀ ਲਾਈਨ 'ਚ ਲਾਈ ਨਹੀਂ ਤਾਂ ਹੀ ਕਾਰਾਂ ਕੱਚਰੀਆਂ ਦਾ ਚੜਾਈਏ ਕਰਾ ਭੱਠਣ ਮੈਨੂੰ ਜਿੱਦ ਬਣ ਲੱਗ ਗਈ 12 ਵਜੇ ਕਹਿੰਦੀ ਹਰੀ ਚਟਣੀ ਖਾਣੀ ਆ ਸਹੁਰੇ ਦੀ ਨੂੰ ਇੱਥੇ ਲੈ ਕੇ ਆਇਆ ਚਟਣੀ ਵਾਲੀ ਮਸ਼ਹੂਰ ਆ ਇਹਨਾਂ ਦੀ ਹਰੀ ਹੋਰ ਲੈਣੀ ਆ ਬੋਲੇ ਰੋਟੀ ਹੋ ਤੇ ਗੱਲ ਹੋ ਗਈ ਹੈਂ ਗਾਂ ਗੱਲ ਹੋ ਗਈ ਗਾਂ ਤੁਸੀਂ ਜਮਾ ਫੇ ਕਰ ਉਹ ਭਾਈ ਜਵਾਕੋ ਤਿੰਨ ਵਾਰ ਫੋਨ ਕਰ ਰੋਟੀ ਵਾਲੇ ਭਾਈ ਹੋਰ ਹੈਂ ਹਾਂ ਤੱਤੇ ਤੱਤੇ ਲੈਓ ਜਾੜ ਦੁਖੀ ਜਾਂਦੀ ਆ ਮੇਰੀ ਅੱਛਾ ਜਾ ਫਿਰ ਨਾਲੇ ਆਪਣੀ ਜਦੋਂ ਗਾਇਆ ਦੀ ਸੇਵਾ ਪਾਣੀ ਵਧੀਆ ਕਰਨਗੇ ਪਰ ਪੂਰੇ ਆਇਆ ਖਾਲਾ ਪੁੱਤ ਜਦੋਂ ਮੁੰਡਾ ਆ ਗਿਆ ਤੋਰ ਦਾ ਚੁੱਪ ਰਹਿ ਜਦੋਂ ਮੁੰਡਾ ਆ ਗਿਆ ਬੱਕਰੇ ਵਾਂਗੂ ਢਾਲੀ ਬਈ ਮੈਂ ਤਾਂ ਇਹ ਕਹਿਣਾ ਜਿੱਥੇ ਮਿਲ ਗਿਆ ਮੇਰੇ ਸਾਲ ਜੁੱਤੀ ਲਈ ਕੱਢ ਕੁੱਟਦੀ ਲਈ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਤੈਨੂੰ ਖੁੱਲੀ ਛੁੱਟੀ ਹੈ ਪਹਿਲਾਂ ਮਾਫੀ ਮੰਗਾਉ ਖੁੱਲੀ ਛੁੱਟੀ ਹੈ ਤੈਨੂੰ ਹਾਂ ਹੋਰ ਲੈਣੇ ਨੇ ਓਏ ਆ ਨਾਲ ਦੇ ਵਧੀਆ ਨੇ ਬਸ ਰਹਿਣ ਦੇ ਸਪੋਰਟ ਜਾ ਚੱਕ ਇਹਦਾ ਅੱਗ ਚ ਮਾਰੀ ਜਿਹੜਾ ਮੇਰੇ ਸਾਲ ਦਾ ਮੁੜ ਕੇ ਜਾਵੀ ਨਾ ਕਿਤੇ ਚੁੱਲ੍ਹੇ ਚ ਮਾਰੀ ਚੱਕ ਕੇ ਚੰਗਾ ਤੂੰ ਚੱਲ ਮੈਂ ਪੈਸੇ ਦੇ ਕੇ ਆਉਣਾ ਲੈ ਤੂੰ ਕਿਉਂ ਦੇਂਗਾ ਪੂਰੇ ਬੌਲਾ ਹੋਇਆ ਤੂੰ ਕਮਾਲ ਹੋ ਗਈ ਯਾਰ ਮੈਂ ਕਿਉਂ ਬੌਲੀਆਂ ਨਹੀਂ ਮਾਰਦੇ ਹੁੰਦੇ ਤੂੰ ਬਾਈ ਜਾ ਹੱਦ ਹੋ ਗਈ ਖੜ ਜਾ ਕਾਹੇ ਪੈਸੇ ਲਈ ਨਾ ਬਈ ਪੈਸੇ ਮੈਂ ਦਿੰਨਾ ਹੈਂ ਨਹੀਂ ਨਹੀਂ ਦੱਸ ਕਾਹੇ ਪੈਸੇ ਹੋ ਗਏ ਹੈਂ ਮੈਨੂੰ ਹੋਰ ਸੇਵਾ ਦੱਸੋਗੇ ਦੇਖ ਲੈ ਦੱਸ ਦੇ ਬਿੱਲ ਬਣਾ ਦੇ ਲੈ ਦੇਖ ਲੈ ਜਿਹੜਾ ਮਾਰਦੇ ਰਹਿਣ ਮੈਂ ਤਾਂ ਰੋਜ਼ ਆਉਣਾ ਪੂਰੇ ਹੋ ਰਿਹਾ ਆਪਣੇ ਤੋਂ ਕਿੱਥੋਂ ਲੈ ਲੈਣਗੇ ਪਛੇ ਦੇਖ ਲੈ ਜੇ ਨਹੀਂ 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 ਇਸੇ ਗੱਲ ਨਹੀਂ ਲੈ ਤੇਰੇ ਸਾਹਮਣੇ ਕਹਿੰਦਾ ਬਵੜਾ ਹੋਇਆ ਤੂੰ ਪੈਸੇ ਜੇ ਦਿੰਦਾ ਤੀਗਾ ਅਸਾਂ ਉਹ ਪਗਾਣਾ ਲੈ ਨਾ ਨਾ ਬਸ ਬਸ ਕਹਿ ਕਹਿਣਾ ਖਰਚਾ ਖਰਚਾ ਜਾਂ ਲੈ ਲੈਂਦੇ ਜੀ ਨਹੀਂ ਨਹੀਂ ਬਸ ਹੈ ਬਸ ਬਸ ਇਸੇ ਗੱਲ ਜੀ
ਕਿਆ ਬੌੜਾ ਹੋਇਆ ਪੂਰੇ ਕੈਂਦਰੀ ਬਾਣ ਤੇ ਅਸੀਂ ਰੋਜ਼ ਤੌਰੇ ਆਉਣੇ ਆ ਹਾਂ ਆ ਸੌਂਪ ਖਾਣਾ ਚੱਲ ਚੰਗਾ ਮੁੰਡਿਆ ਬਸ ਬਸ ਆਵਾਂਗੇ ਕੇਜਰੀਵਾਲ ਬਹੁਤ ਯਾਦ ਕਰਦਾ ਤੈਨੂੰ ਮਾਲਕ ਚਾਚਾ ਜੀ ਨੂੰ ਜਾਣਦਾ ਵਧੀਆ ਉਹ ਬਹੁਤ ਜ਼ਿਆਦਾ ਕਰਦੇ ਨੇ ਜਿਹੜਾ ਖਾਣਾ ਪੀਣਾ ਹੈ ਆਪਣੀ ਰੋਟੀ ਪਾਣੀ ਪੋਲੀ ਮੇਰੇ ਤਾਂ ਹਾਜ਼ਮੇ ਆ ਗਈ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਉਹਰੇ ਖੜਿਆ ਕਰੋ ਜਦੋਂ ਆਉਣੇ ਹੁੰਦੇ ਹੋ ਕਿਹੜਾ ਆਉਣੇ ਹੁੰਦੇ ਨੇ ਭੈਣ ਦੇ ਖਸਮ ਨੇ ਜਵਾਕ ਜਿਹਨੇ ਬਾਣੀ ਪਾ ਰੱਖਿਆ ਉਹ ਬੱਬੂ ਨੇ ਆਇਆ ਨੀ ਹਲੇ ਕਿੱਥੇ ਆਇਆ ਕਿੱਥੇ ਮਰਿਆ ਹੋਣਾ ਫਿਰ ਚਾਚਾ ਸਹੁਰਾ ਭੇਜਿਆ ਨੂੰ ਭੇਜੀ ਹੈ ਲਿਓ ਮੇਰੇ ਸਾਲ ਨੂੰ ਘੁੱਟ ਕੇ ਲਿਓ ਉੱਥੋਂ ਅੱਛਾ ਹੋਰ ਨਾ ਚੱਲ ਇਹਨੂੰ ਪਤਾ ਮੇਰੀ ਤਾਂ ਜੀਰੀ ਆਈ ਪਈ ਹੈ ਕਹਾਂ ਮੈਂ ਤਾਂ ਜੀਰੀ ਵੱਢਣੀ ਚੱਲ ਵੱਢ ਜੂ ਜੀਰੀ ਤਾਂ ਹੈ ਜੀਰੀ ਤਾਂ ਵੱਢ ਜੂਗੀ ਚਾਹ ਚੜਾ ਕੇ ਸਾਨੂੰ ਚੱਲ ਵਧੀਆ ਵਧੀਆ ਘੁੰਮੇ ਆਵੇਂਗਾ ਨਾਲੇ ਕਿਹੜਾ ਘੁੰਮ ਘੁਮਾਉਣਾ ਹੁੰਦਾ ਭਾਈ ਤਾਂ ਪੈਸੇ ਵਾਲੇ ਬੰਦੇ ਦਾ ਹੁੰਦਾ ਮੇਰੇ ਵਰਗੇ ਗਰੀਬ ਬੰਦੇ ਕਿਹੜਾ ਘੁੰਮ ਘੁਮਾਉਣਾ ਹੁੰਦਾ ਹੈ ਯਾਰ ਸੱਤੀ ਹੁਣ ਤੂੰ ਮੇਰਾ ਦਿਮਾਗ ਖਾਣ ਲੱਗ ਜਾ ਯਾਰ ਉੱਥੇ ਸਾਲਾ ਮਾਸੜ ਨੂੰ ਮਸਾ ਚਾੜਿਆ ਉਹ ਵਿਚਰ ਕੇ ਬਹਿ ਗਿਆ ਜਵਾਖਾਂ ਵਾਂਗੂ ਉਹ ਮੈਂ ਆਪ ਦਾ ਵੀ ਕਰ ਲੂੰਗਾ ਮੈਂ ਕਰ ਲੂੰਗਾ ਆਪ ਦਾ ਤੂੰ ਕਿਉਂ ਟੈਨਸ਼ਨ ਲਈ ਜਾਂਦੀ ਆ ਬਿਨਾਂ ਗੱਲ ਤੋਂ ਜੇ ਯਾਰ ਚਾਰ ਪੈਸੇ ਉਹਨਾਂ ਨੂੰ ਦਿੱਤੇ ਫਿਰ ਕੀ ਹੋ ਗਿਆ ਯਾਰ ਉਹ ਮੇਰੀ ਕੁਛ ਲੱਗਦੀ ਨਹੀਂ ਗੱਡੀ ਤਾਂ ਲੰਘ ਗਈ ਉਹ ਉਹਨੂੰ ਵੀ ਤਾਂ ਵਾਪਸ ਲੈ ਕੇ ਆਉਣਾ ਕੋਈ ਨਾ ਮੈਂ ਆਪੇ ਕਰ ਲੂੰਗਾ ਹੀਲਾ ਮੈਂ ਵੀ ਆ ਜੂੰਗਾ ਤੂੰ ਫਿਕਰ ਨਾ ਕਰ ਮੇਰੀ ਤੂੰ ਆਪਦਾ ਕੰਮ 'ਚ ਧਿਆਨ ਦੇ ਹੋਰੇ ਪਾਸੇ ਦਿਮਾਗ 'ਚ ਲਈ ਜਾਂਦੀ ਹੁੰਦੀ ਚੱਲ ਠੀਕ ਆ ਮੈਂ ਚੱਲਦਾ ਚੰਗਾ ਚੰਗਾ ਯਾਰ ਉਹ ਯਾਰ ਮੈਂ ਘਰੇ ਜਾ ਕੇ ਕਰ ਲੂੰਗਾ ਤੈਨੂੰ ਕਹਿਤਾ ਨਾ ਮੈਂ ਆਹੋ ਚੰਗਾ ਤੂੰ ਨਾ ਕਰੀ ਮੈਂ ਆਪੇ ਕਰ ਲੂੰਗਾ ਚੰਗਾ ਕੀ ਗੱਲ ਹੋ ਗਈ ਹਰਮਨ ਕੀ ਹਾਲ ਆ ਉਹ ਕੁਛ ਨਹੀਂ ਯਾਰ ਸੱਚ ਨਾਨਾ ਕਿੱਥੇ ਨਾਲੇ ਅੱਜ ਤੈਨੂੰ ਦੱਸਦਾ ਤੂੰ ਚੱਲ ਕਰਾਂ ਕੀ ਗੱਲ ਹੋ ਗਈ ਇਹਦੇ ਨਾਲ ਲੜੀ ਜਾਂਦਾ ਸੀ ਕਾਹਨੂੰ ਯਾਰ ਮੇਰੇ ਘਰ ਵਾਲੀ ਸੀ ਯਾਰ ਕੀ ਹੋ ਗਿਆ ਉਹੀ ਜਨਾਨੀਆਂ ਵਾਲੀਆਂ ਗੱਲਾਂ ਹਾਂ ਕਹਿੰਦੀ ਆਖੇ ਉਹਨਾਂ ਦੇ ਪੈਸੇ ਗੱਲ ਲਾਤੇ ਕਹਿੰਦੀ ਪੈਸੇ ਲਾ ਕੇ ਮੇਰੇ ਕੋਲ ਕਨੇਡਾ ਆ ਜਾਂਦਾ ਉੱਧਰ ਵੀ ਪਤਾ ਲੱਗ ਗਿਆ ਉਹ ਮੈਨੂੰ ਦੱਸਤਾ ਦਿਮਾਗ ਖਰਾਬ ਸੀ ਮੇਰਾ ਅੱਛਾ ਨਾਲੇ ਨਾਨਾ ਕਿੱਥੇ ਆਇਆ ਇਕੱਲੇ ਆ ਗਿਆ ਬਾਈ ਨਾਨਾ ਵੀ ਤੇਰਾ ਨਾਲੇ ਭੇਜਤਾ ਉਹਦਾ ਵੀਜ਼ਾ ਲਵਾਇਆ ਸੀ ਉਹ ਮਾਸੜ ਦਾ ਵੀਜ਼ਾ ਲਵਾਇਆ ਸੀ ਉਹਨੂੰ ਅਸੀਂ ਜਾਣ ਕੇ ਨਹੀਂ ਦੱਸਿਆ ਵੀ ਜੇ ਉਹਨੂੰ ਉਰੇ ਦੱਸ ਕੇ ਲਿਜਾਵਾਂਗੇ ਤੈਨੂੰ ਪਤੀ ਆ ਉਹਦਾ ਰਿਪਲੇਸ ਕਰਦਾ ਪਰ ਨਾਨੀ ਉਹ ਨਾਨੀ ਨੂੰ ਮੈਂ ਆਪੇ ਸਾਂਭ ਲੂੰ ਮੈਂ ਸਾਰਿਆਂ ਨੂੰ ਦੱਸ ਦੂੰ ਤੂੰ ਫਿਕਰ ਨਾ ਕਰ ਆਪਾਂ ਘਰੇ ਚੱਲਦੇ ਹਾਂ ਅੱਛਾ ਦੱਸਿਆ ਨਹੀਂ ਉੱਥੇ ਹੁਣ ਕੀ ਜਲੂਸ ਕੱਢਿਆ ਮੇਰੇ ਯਾਰ ਪੁੱਛਣਾ ਕੀ ਹੋ ਗਿਆ ਮੈਂ ਹੱਥ ਬੰਨ ਗਿਆ ਵੀ ਅੱਗੇ ਤੋਂ ਇਹਨਾਂ ਨਾਲ ਮੈਂ ਏਅਰਪੋਰਟ 'ਚ ਨਹੀਂ ਆਉਂਦਾ ਸਹੁੰ ਲੱਗਾ ਐਡਾ ਜਲੂਸ ਕੱਢਿਆ ਛੱਡਦੇ ਗੱਲਾਂ ਉਹ ਜਿੱਥੇ ਬੈਗ ਰੱਖਦੇ ਹੁੰਦੇ ਆਪਾਂ ਬੈਗ ਦੇ ਵਿੱਚ ਬਹਿ ਗਿਆ ਉਹਦੇ ਅੱਛਾ ਹਾਂ ਉਹ ਤਾਂ ਇਹੀ ਕਰਦੇ ਨੇ ਇਹਨਾਂ ਨੇ ਧੱਕੇ ਨਾਲ ਫੜ ਕੇ ਉਹ ਉਠਾਲਿਆ ਪੁਲਿਸ ਵਾਲੇ ਦਾ ਉਹ ਫੜ ਲਿਆ ਡੰਡਾ ਜਾਂ ਜਿਹਦੇ ਨਾਲ ਉਹ ਚੈੱਕ ਕਰਦਾ ਹੁੰਦਾ ਆਪ ਹੀ ਲੱਗ ਗਿਆ ਕਰਨ ਕਹਿੰਦਾ ਮੈਂ ਕਰੂੰਗਾ ਆ ਜਾ ਮੋਟਰਸਾਈਕਲ ਉਹੀ ਜਲੂਸ ਕੱਢ ਕੇ ਰੱਖਤਾ ਮੇਰਾ ਸਾਰਾ ਉਹ ਤਾਂ ਉਹੀ ਗੱਲਾਂ ਕਰਦੇ ਨੇ ਪੱਗ ਲੈ ਕੇ ਇਹਦੇ ਨਾਲ ਮੈਂ ਪੱਗ ਬੰਨ ਲਾ ਪੈਰਾਂ 'ਚ ਡਿੱਗਣ ਤੱਕ ਗਿਆ ਪੱਗ ਨਹੀਂ ਮੰਨੀ ਕਹਿੰਦਾ ਮੈਂ ਤਾਂ ਇਹੀ ਪਰਨੇ 'ਚ ਹੀ ਜਾਊਂਗਾ ਫਿਰ ਉੱਧਰ ਮੈਂ ਗੱਡੀ ਵਾਪਸ ਲੈ ਕੇ ਨਹੀਂ ਆਏ ਗੱਡੀ ਤਾਂ ਉੱਧਰ ਹੀ ਲੈ ਗਿਆ ਸੀ ਉੱਥੇ ਤੱਕ ਹੀ ਕਰਵਾਈ ਤੀ ਮੈਂ ਅੱਛਾ ਫਿਰ ਹੁਣ ਵਾਪਸ ਤਾਂ ਮੈਂ ਇਕੱਲੇ ਨੇ ਆਉਣਾ ਤੀ ਯਾਰ ਹੁਣ ਇੰਨਾ ਖਰਚਾ ਕਾਹਦੇ ਵਾਸਤੇ ਕੋਈ ਨਾ ਪਾਪਾ ਜੀ ਤੁਸੀਂ ਚਲੋ ਆਹਾ ਇਹ ਭਾਈ ਲੜਕੀ ਕੁੜੀ ਹੈ ਜੀ ਆਪਣੀ ਬੇਟੀ ਹੈ ਅੱਛਾ ਆ ਬੇਟਾ ਹੈ ਬੱਲੇ 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 ਦੇਖ ਲੈ ਹੈ ਸਰੂਪ ਨਿੱਕੀ ਹੈ ਤੁਸੀਂ ਇਹ ਦੋਰੇ ਆਈ ਦੀ ਹੈ ਲੈ ਸਿਰ ਪਲੋਸਾ ਕੋੜੇ ਤੇਰਾ ਖੜ ਜਾ ਲੈ ਸਿਰ ਪਲੋਸਾ ਸਤਿ ਸ਼੍ਰੀ ਅਕਾਲ ਦਾਦਾ ਜੀ ਆ ਮੁੰਡਾ ਆ ਠੀਕ ਆ ਪੁੱਤ ਹਾਂ ਜੀ ਮੁੰਡਾ ਮੇਰਾ ਆ ਜਾ ਭਾਈ ਜਾ ਆ ਜਾ ਹਾਂ ਜੀ ਵਧੀਆ ਤੁਸੀਂ ਉਪਰਾ ਕਰਦਾ ਹੈ ਚੱਲ ਭਾਈ ਦੇਖ ਲਾ ਸਰੂਪ ਆਪਣਾ ਸੱਭਿਆਚਾਰ ਨਹੀਂ ਸਾਂਭ ਰਿਹਾ ਕੁੜੀਆਂ ਦੇਖ ਲੈ ਸਲਵਾਰ ਸੂਟ ਪਾਈ ਫਿਰਦੀ ਹੈ ਹੋਰ ਆ ਭਾਈ
जिन्ने गुरुद्वारे सारे हर च बुला देंगे है अपना पंजाबी नाल तां भरिया पिया देख कड़े कड़े पगां दे सरदार तुरे फिरदे ने ऐ नहीं लोकां दिंदे कंजर नूं नूं चल तू क्यों फिक्र करी जानी है तां यार मांझ ते साफर ने होर जट्टा जा जा इक तां टूटी नहीं उत्थे पौणे जे देर के ने ना तां उहनां दा भेत आवे पहला पहला मैं परौंठी रख ले ओ बाद च पता लगा ते कहदा पूंजण बांजण वाला है आ गया इहदा वधिया मौज आ टायर जे लगे ने होर जगह तो बढ़िया खुली पा रखी है आसी कर हो ठीक है भाई राजी है बहू है जस्सी भी ठीक है भाई आए पूरे कोई नहीं टेंशन लग गया अपना मिल जाए मैं कहनी पे करना करो सातवें दिन पठल बंदा लेके कफान गड्डी करा के आप वीजा दे के आई है जस्सी के क्यों जस्सी लड़का जी दा हां हां कमाल है ऐ होंदा भाई पहुंचदा काम होंदा ही है और मैं तो ऐ कहना सी मैं कह इथे किसे मंत्री मूत्री नाल जाल फसल कढ़ ला कोई आपां नूं कई बार बब्बू कंजर दा पाल ला पुप्पू नूं टेंशन ना ले इथे पार्टी दे बंदे बादू ने कंदा च बाद दे फिर क्यों फिकर करदा कि नहीं गर्म जा लेके आंदा तुसी कहंदे सी ठंड बहुत लग रही हां जी तत्ता पानी है जी और भाई ठीक रहनी है तू हां ठीक रहनी है चाचा जी वधिया अपना सारा लाना बाना ठीक है सारे ठीक ने चाचा जी चल वधिया की कर लागे उरे उरे बस काम चल ही आंदे ने अच्छा हां जी करी आने जेडे काम दे वधिया 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 हां जी काम तो बिना इथे कुछ नहीं ए ता है भाई हां काम गल है भाई सयानी गल हां काम करना ही पेना है साधु संतां ने सुन ली भाई तू साधु संतां कोले बाला जांदे थी ओना नहीं तारती आ देख ले एक साडा फ्रेंड है भाई बाणी पार कर टंगर दे ने सानू आसे उन्नी वर्गी नुआ रोल के रखती लाद दे विच अज दी होवे ਇੱਕ ਹੋਰ ਹੋ ਜਾਂਦੀ ਚਾਰ ਹੋ ਜਾਂਦੀਆਂ ਪਰ ਆ ਵਿਆਹ ਕੇ ਤੋੜ ਦਿੰਦਾ ਵਿਆਹ ਕੇ ਤੋੜ ਦਿੰਦੇ ਟੈਨਸ਼ਨ ਖਤਮ ਸੀ ਸਾਨੂੰ ਭਾਈ ਆਪਦੇ ਵੀ ਥੋੜਾ ਜਿਹਾ ਮਾੜੇ ਹੁੰਦੇਗੇ ਤਾੜੀ ਕਹਿੰਦੀ ਦੋ ਹੱਥਾਂ ਨਾਲ ਹੀ ਵੱਧਦੀ ਮੈਂ ਚੰਗਾ ਪੜਾ ਮੈਂ ਤਾਂ ਲੜਦਾ ਪੜਾ ਸੀ ਮੈਨੂੰ ਕੁੜੀ ਦਾ ਮੈਂ ਸਾਕ ਕਰਾਉਂਦਾ ਸੀ ਕੁੱਤੇ ਆਲ ਤੋਂ ਚੰਗੇ ਭਲੇ ਮੁੰਡੇ ਨੂੰ ਦੱਸ ਕੀ ਲਿਆਉਂਦੇ ਤੀ ਸਰਕਾਰੀ ਨੌਕਰੀ ਚ ਤੀ ਹੈ ਕਹਿੰਦੇ ਦਿੰਦੇ ਗੁੱਤ ਪਿੱਛੇ ਮੰਨਦਾ ਮੈਂ ਦੇਖ ਲਈ ਪਾਲਾ ਚੜੇ ਫੇ ਆ ਜਾ ਆਪਾਂ ਅੰਦਰ ਚੱਲਦੇ ਹਾਂ ਸੌਰੀ ਕੰਮ ਹੁੰਦੀ ਹੈ ਕੰਮ ਦੀ ਆਈ ਹੈ ਹੋਰ ਹੋ ਜਾਂਦਾ ਗੁੱਤ ਪਿੱਛੇ ਮੱਤ ਹੁੰਦੀ ਹੈ ਨਾ ਦੀ ਗੁੱਤ ਪਿੱਛੇ ਨਾ ਕਰ ਕੋਈ ਨਾ ਫਿਕਰ ਤਾਂ ਹੁੰਦੀ ਆ ਦੀਦੀ ਐਡੇ ਵੱਡੇ ਬਗਾਨੇ ਮੁਲਕ ਚ ਨਾ ਅਸੀਂ ਕਿਸੇ ਨੂੰ ਜਾਣਦੇ ਆ ਨਾ ਸਾਨੂੰ ਕੋਈ ਜਾਣਦਾ ਕਿੱਥੇ ਪਾਲਾਂਗੇ ਅਸੀਂ ਬੱਬੂ ਨੂੰ ਤਾਂ ਹੀ ਤਾਂ ਅਸੀਂ ਚਾਚੇ ਨੂੰ ਵੀ ਨਾਲ ਲੈ ਕੇ ਆਏ ਆ ਵੀ ਚੱਲ ਚਾਚੇ ਦੀ ਚਾਰ ਮੰਤਰੀਆਂ ਨਾਲ ਬਣਦੀ ਆ ਵੀ ਕਿਤੇ ਹੈਲਪ ਮਿਲ ਜੂ ਚਾਚੇ ਤੋਂ ਸਵਾਹ ਬਣਦੀ ਹੈ ਚਾਚੇ ਦੀ ਸੋਡੇ ਦੀ ਐਡਾ ਨਾਲ ਦੋ ਗਿੱਠਾਂ ਦਾ ਉਹ ਨਾਲਾ ਪਾਈ ਬੈਠਾ ਰਹਿੰਦਾ ਸੋਫਿਆਂ ਤੇ ਚੌਰਾ ਜੱਸੀ ਦਾ ਤਿੰਨ ਵਾਰੀ ਵੀਜ਼ਾ ਰਿਫਿਊਜ਼ਲ ਕਰਾਇਆ ਉਹਦੇ ਹੀ ਹੱਥ ਹੈ ਕੰਜਰ ਦਾ ਚੌਰੇ ਦਾ ਚਾਚੇ ਨੇ ਹਾਂ ਚਾਚੇ ਨੇ ਕਹੀ ਜਾਂਦੇ ਚਾਚੇ ਦੀ ਚੱਲਦੀ ਹੈ ਚਾਚੇ ਦੀ ਚੱਲਦੀ ਉਹਨੂੰ ਕੋਈ ਕੁੱਤਾ ਨਹੀਂ ਪੁੱਛਦਾ ਉੱਥੇ ਚਾਚਾ ਦਾ ਕਹਿੰਦਾ ਮੇਰੇ ਖਾਸੇ ਮੰਤਰੀਆਂ ਨਾਲ ਬਣਦੀ ਆ ਪਹਿਲਾਂ ਪੁਲਿਸ 'ਚ ਭਰਤੀ ਹੁੰਦਾ ਸੀ ਜੱਸੀ ਅੱਛਾ ਹਾਂ ਉਹਦੀ ਛਾਤੀ ਨਹੀਂ ਆਉਂਦੀ ਐਡਾ ਛੱਤ ਹੈ ਉਹਦਾ ਚਾਚਾ ਦਾ ਬੜਾ ਕਹਿੰਦਾ ਮੇਰੀ ਭੱਠਲ ਨਾਲ ਬਣਦੀ ਆ ਮੇਰੀ ਕਿਹੜੇ ਭੱਠਲਿਆਂ ਨਾਲ ਬਣਦੀ ਆ ਕੋਈ ਨਹੀਂ ਪੁੱਛਦਾ ਉਹਨੂੰ ਫਿਰ ਕਹਿੰਦਾ ਕੱਦ ਨਹੀਂ ਆਉਂਦਾ ਜੱਸੀ ਦਾ 6.5 ਫੁੱਟ ਦਾ 7 ਦਾ ਜੱਸੀ ਪਿਆ ਇਹਨੇ ਨਹੀਂ ਪੁਲਿਸ 'ਚ ਨਹੀਂ ਭਰਤੀ ਹੋਣ ਦਿੱਤਾ
ਕੋਈ ਨਹੀਂ ਪੁੱਛਦਾ ਚਾਚੇ ਚੂਚੇ ਨੂੰ ਇੱਥੇ ਚਾਚੇ ਤੇ ਨਾ ਯਕੀਨ ਕਰ ਤੂੰ ਚਾਚਾ ਤਾਂ ਇਹੋ ਜਿਹਾ ਲੱਗਦਾ ਨਹੀਂ ਹੈਗਾ ਦੇਖਣ 'ਚ ਹੀ ਨਹੀਂ ਲੱਗਦਾ ਉਹ ਬਹੁਤ ਕੁੱਤਾ ਬੰਦਾ ਹੈ ਉਹ ਕੰਜਰ ਹੈ ਉਹ ਸਿਰੇ ਦਾ ਇੱਕ ਨਾਲਾ ਬਸ ਦੋ ਗਿੱਠਾਂ ਦਾ ਐਡਾ ਨਾਲਾ ਲਮਕਾਈ ਫਿਰਦਾ ਰਹਿੰਦਾ ਚੌਰਾ ਬੈਠਾ ਰਹਿੰਦਾ ਸੋਫਿਆਂ ਤੇ ਬਾਹਰ ਬੈਠਾ ਸੁਣ ਵੀ ਲਊਗਾ ਸੁਣ ਤੇ ਸੁਣ ਲੈਣ ਦੇ ਮੈਨੂੰ ਕੀ ਕਰ ਦੂ ਇੱਥੇ ਅਸੀਂ ਬਾਹਰਲੇ ਦੇਸ਼ ਬੈਠੇ ਹਾਂ ਇੱਥੇ ਕੋਈ ਡਰ ਨਹੀਂ ਜੇ ਮੈਂ ਇੱਕ ਫੋਨ ਕਰਤਾ ਨਾਲ ਦੀ ਨਾਲ 5 ਮਿੰਟਾਂ 'ਚ ਪੁਲਿਸ ਨੇ ਆ ਜਾਣੇ ਨਾਲੇ ਉਹਦਾ ਜੜ ਤੋਂ ਕੱਟਣਗੇ ਨਾਲਾ ਅਤੇ ਨਾਲੇ ਉਹਦੀ ਪਿੱਠ ਕੁੱਟਣਗੇ ਤੂੰ ਟੈਨਸ਼ਨ ਨਾ ਲੈ ਤੂੰ ਕਰ ਆਰਾਮ ਕੋਈ ਨਾ ਆਪਾਂ ਭਾਲ ਲਾਂਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਅਤੇ ਮੈਂ ਤੈਨੂੰ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ ਤੂੰ ਰੈਸਟ ਕਰ 10 ਮਿੰਟ ਪੈ ਜਾ ਚੱਲ ਕੋਈ ਨਾ ਚਾਹ ਪਾਣੀ ਤਾਂ ਰਹਿਣ ਦਿਉ ਮੈਂ ਹੀ ਪੈ ਜਾਂਦੀ ਹਾਂ ਪੈ ਜਾ ਰੈਸਟ ਕਰ ਥੱਕੇ ਹਾਰੇ ਆਏ ਹੋ ਬਹੁਤ ਔਖਾ ਹੈ ਜਹਾਜ਼ 'ਚ ਵੀ ਬੱਸ ਹੋ ਜਾਂਦੀ ਹੈ ਥੱਕ ਜਾਂਦੇ 1 ਘੰਟੇ ਬੈਠਣਾ ਬਹੁਤ ਔਖਾ ਹੋ ਜਾਂਦਾ ਚੱਲ ਠੀਕ ਹੈ ਪੈ ਪੈ ਜਾ ਮੈਂ ਚੱਲੀ ਦੇਖਦੀ ਹਾਂ ਫਿਰ ਮੈਂ ਤੈਨੂੰ ਦੇਖ ਜੂੰਗੀ ਆ ਕੇ ਕੇਰਾਂ ਅਤੇ ਫਿਰ ਮੈਂ ਚਾਹ ਪਾਣੀ ਬਣਾ ਦੂੰ ਰੋਟੀ ਰੂਟੀ ਖਾ ਲਿਓ ਤੁਸੀਂ ਕੋਈ ਨਾ ਠੀਕ ਹੈ ਹੁਣ ਤੂੰ ਟੈਨਸ਼ਨ ਜਮੀ ਨਾ ਲਈ ਪੈ ਜਾ ਬਸ ਆਰਾਮ ਨਾਲ ਪੈ ਜਾ ਅਤੇ ਮੈਂ ਕਰ ਲਾਂ ਮਾੜੇ ਮੋਟੇ ਕੰਮ ਕੁੰਮ ਜੇ ਰਹਿੰਦੇ ਨੇ ਉਹ ਨਮੇੜਦਾ ਪੋਚੇ ਪੁੱਚੇ ਜੇ ਲਾਉਣੇ ਨੇ ਫਿਰ ਮੈਂ ਤੁਹਾਡਾ ਖਾਣ ਪੀਣ ਦਾ ਕਰਦੀ ਹਾਂ ਤਿਆਰੀ ਠੀਕ ਹੈ ਪੈ ਜਾ ਆਰਾਮ ਨਾਲ ਠੀਕ ਹੈ ਮੈਂ ਚੱਲੀ ਫਿਰ ਓਕੇ ਮੇਰੇ ਸਾਲ ਦਾ ਚਾਰਜ ਇਹਨੂੰ ਪਤਾ ਨਹੀਂ ਕੀ ਹੋ ਰਿਹਾ ਗਲੀ ਹੋ ਜਾਂਦਾ ਸਾਰਾ ਜਿੱਦੇ ਦਾ ਤਾਂ ਕਿਆ ਮਿੱਟੂ ਓਏ ਉਹ ਆ ਵੀ ਬੱਗੜਾ ਕਿਵੇਂ ਹੈ ਵਧੀਆ ਮੈਂ ਤਾਂ ਆ ਜਾ ਆ ਜਾ ਕੀ ਫਰੋਲਾ ਫਰਾਲੀ ਜੀ ਕਰੀ ਜਾਂਦਾ ਓਏ ਉਹ ਚਾਰ ਕਰ ਰਿਹਾ ਯਾਰ ਇਹਨੂੰ ਸਾਰੇ ਨੂੰ ਫੋੜ ਰਿਹਾਗਾ ਇਹ ਮੇਰੇ ਸਾਲ ਦਾ ਗਲੀ ਵੀ ਜਾਂਦਾ ਪਤਾ ਨਹੀਂ ਕੀ ਹੋ ਗਿਆ ਨੂਣ ਵੱਧ ਪਾਤਾ ਹੋ ਮੈਨੂੰ ਲੱਗਦਾ ਪਤਾ ਨਹੀਂ ਐਂ ਹੋ ਗਿਆ ਹੋਊਗਾ ਫਿਰ ਹੋਰ ਤੂੰ ਕਿਵੇਂ ਆ ਗਿਆ ਇੱਧਰ ਨੂੰ ਉਹ ਯਾਰ ਮੈਂ ਤਾਂ ਪੂਰੇ ਚਾਚੇ ਕੇ ਘਰੇ ਗਿਆ ਦੀਗਾ ਅੱਛਾ ਚਾਚੀ ਕੋਲੇ ਉੱਥੇ ਚਾਚੀ ਲਵੇ ਚਾਚੀ ਕਿੱਥੇ ਉਰੇ ਚਾਚੀ ਹੈ ਨਹੀਂ ਉਹ ਤਾਂ ਜਿੰਦਾ ਲੱਗਿਆ ਵਿਵਹਾਰ ਨੂੰ ਤਾਂ ਜਿੰਦਾ ਕਿਉਂ ਹਾਂ ਪਰ ਜਿੰਦਾ ਲੱਗਿਆ ਹੋਇਆ ਬਈ ਸਹੀ ਹੈ ਗੱਲ ਤੇਰੀ ਚਾਬੀ ਕਿਹਦੇ ਕੋਲ ਹੋਏ ਘਰ ਜਾ ਵਿਹਲਾ ਹੈ ਨਾ ਹੁਣ ਉਹਨਾਂ ਨਾਲ ਕੁਛ ਨਹੀਂ ਮੈਂ ਕੀ ਕਰਨੀ ਹੈ ਆ ਜਿਹੜੇ ਆਪਣੇ ਸਤਸੰਗ ਵਾਲੇ ਗੱਦੇ ਨੇ ਪੱਲੀਆਂ ਨੇ ਉਹ ਧੋ ਕੇ ਮੈਂ ਉੱਥੇ ਸੁਕਾ ਲੈਂਦੇ ਗੱਦੇ ਗੁੱਦੇ ਸੁਕਾਉਣੇ ਨੇ ਪੁੱਤ ਐਂ ਕਹਿ ਵਿਛਾਉਣੇ ਨੇ ਜਾਣਦਿਆ ਕਰੋ ਮੇਰੇ ਸਾਲ ਦੇ ਪੁੱਠੇ ਲੱਛਣਾਂ ਨੂੰ ਉਹ ਕਾਹਨੂੰ ਯਾਰ ਤੁਹਾਡੇ ਤਾਂ ਉਹੀ ਗਲਤ ਸੋਚ ਯਾਰ ਬਾਬੇ ਪ੍ਰਤੀ ਵੀ ਗਲਤ ਸੋਚਦੇ ਹੋ ਸਾਡੇ ਪ੍ਰਤੀ ਵੀ ਫਿਰ ਜਿਹਾ ਜਿਹਾ ਭਾਈ ਤੁਹਾਡਾ ਬਾਬਾ ਹੋ ਜਾਏ ਤੁਸੀਂ ਸਿੱਧੀ ਗੱਲ ਹੈਗੀ ਉਹ ਯਾਰ ਹੁਣ ਉਹ ਗੱਲਾਂ ਨਹੀਂ ਰਹੀਆਂ ਮਿੰਟੂ ਕਿੰਨਾ ਟਾਈਮ ਹੋ ਗਿਆ ਬਾਬੇ ਦੇ ਲੜ ਲੱਗਿਆ ਨੂੰ ਯਾਰ ਲੜ ਲੱਗਿਆ ਨੂੰ ਇਹੋ ਜਿਹੇ ਕੰਮ ਥੋੜੀ ਕਰਾਂਗੇ ਸਾਲਾ ਲੋਚੜਾ ਬਾਬਾ ਹੋ ਜਾਏ ਤੁਸੀਂ ਕਿਉਂ ਭਾਈ ਬਾਬੇ ਦਾ ਕੀ ਮਾਰਾ ਦੇਖ ਲਿਆ ਤੁਸੀਂ ਐਂ ਦੱਸੋ ਪਤਾ ਹੀ ਆ ਸਾਰੇ ਪਿੰਡ ਨੂੰ ਪਤਾ ਯਾਰ ਹੁਣ ਕਿਉਂ ਐਵੇਂ ਫਿਰ ਤੂੰ ਕਹੇਗਾ ਮੇਰੀ ਗੱਲ ਪਿਆ ਜਮੀ ਤੇਰਾ ਮੈਂ ਇਹ ਵੀ ਵਹਿਮ ਕੱਢਦਾ ਠੀਕ ਹੈ ਬਾਬੇ ਵਾਲਾ ਕਿਹੜਾ ਵਹਿਮ ਤੁਸੀਂ ਕਹਿ ਦਿੰਦੇ ਹੋ ਵੀ ਤੀਮੀਆਂ ਨਾਲ ਰਹਿੰਦਾ ਫਲਾਣਾ ਤਿਕੜਾ ਜੋ ਵੀ ਮੈਂ ਪਾਪ ਨਹੀਂ ਚੜਾਉਣਾ ਚਾਹੁੰਦਾ ਠੀਕ ਹੈ ਹਾਂ ਐਤਕੀ ਕੱਲ ਆਇਆ ਮੈਂ ਡੇਰੇ ਚੋਂ 10 ਮੈਂਬਰੀ ਕਮੇਟੀ ਬਣੀ ਆ ਬਾਬਾ ਜੀ ਨੇ ਥਾਈਲੈਂਡ ਜਾਣਾ ਸਤਸੰਗ ਕਰਨ ਪੈਣਾ ਨੇ ਬਹੁਤ ਜ਼ੋਰ ਲਾਇਆ ਵੀ ਸਾਨੂੰ ਲੈ ਜਾਓ ਉਹ ਕਹਿੰਦੇ ਜਨਾਨੀ ਇੱਕ ਵੀ ਨਹੀਂ ਲੈ ਕੇ ਜਾਂਦੇ ਐਡੀ ਪਵਿੱਤਰ ਰੂਹ ਹੈ ਇਹਦੇ ਬਾਰੇ ਗੱਲਾਂ ਬਣਾਉਂਦੇ ਪਵਿੱਤਰ ਰੂਹ ਦਾ ਲੱਗਦਾ ਉੱਥੇ ਜਨਾਨੀ ਲੈ ਕੇ ਜਾਣ ਦੀ ਲੋੜ ਹੀ ਨਹੀਂ ਕਿਉਂ ਵੀ ਕਿਉਂ ਨਹੀਂ ਬੜੇ ਲੋਕ ਸਮਝਦੇ ਹੁੰਦੇ ਹਾਂ ਜਦੋਂ ਕੋਈ ਬੰਦਾ ਗੰਗਾ ਨਹਾਉਣ ਜਾਂਦਾ ਪਾਣੀ ਦੀ ਬਾਲਟੀ ਨਾਲ ਲੈ ਕੇ ਜਾਂਦਾ ਗੰਗਾ ਕੀ ਪਾਣੀ ਦੀ ਬਾਲਟੀ ਹਰਿਦੁਆਰ ਲੈ ਗਿਆ ਗੱਲ ਨੂੰ ਯਾਰ ਗੱਲ ਤਾਂ ਥਾਈਲੈਂਡ ਦੀ ਚੱਲਦੀ ਹੈ ਮਿੰਟੂ ਯਾਰ ਓਏ ਯਾਰ ਤੂੰ ਕਿਉਂ ਨਹੀਂ ਬੱਗੜਾ ਸਮਝਦਾ ਹੁੰਦਾ ਉਹੀ ਨਾ ਬਾਬੇ ਨੇ ਤੁਹਾਨੂੰ ਬੰਨ ਰੱਖਿਆ ਤੁਹਾਡੇ ਦਿਮਾਗ ਨੂੰ ਐ ਬੰਨ ਰੱਖਿਆ ਤੁਸੀਂ ਸੋਚਦੇ ਨਹੀਂ ਹੋਰ ਗੱਲ ਤਾਂ ਲੋਚੜਾ ਤੁਹਾਡਾ ਬਾਬਾ ਪੂਰਾ ਯਾਰ ਉਹਦਾ ਯਾਰ ਉੱਥੇ ਐਡੀ ਪਵਿੱਤਰ ਸਤਸੰਗ ਹੈ ਉਹਦਾ ਲੋਕਾਂ ਦੇ ਕਸ਼ਟ ਮਟਾਉਣ ਗਏ ਨੇ ਰੋਗ ਮਟਾਉਣ ਗਏ ਨੇ ਉੱਥੇ ਲੋਕਾਂ ਦੇ ਥਾਈਲੈਂਡ 'ਚ ਕਿਹੜੇ ਮੈਨੂੰ ਕਸ਼ਟਾਂ ਦਾ ਨਹੀਂ ਪਤਾ ਮੈਨੂੰ ਰੋਗਾਂ ਦਾ ਨਹੀਂ ਪਤਾ ਠੀਕ ਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਉੱਥੋਂ ਰੋਗ ਜ਼ਰੂਰ ਲਾ ਲਿਓ 10 ਬੰਦਿਆਂ ਨੂੰ ਵੀ ਉਹ ਤੁਹਾਡਾ ਬਾਬਾ ਰੋਗ ਲਵਾਉਣ ਨੂੰ ਕੀ ਉੱਥੇ ਕਰੋਨਾ ਹੋਏਗਾ ਕਰੋਨਾ ਵਰਗਾ ਬਾਹਰਲਾ ਦੇਸ਼ ਹੈ ਪਤਾ ਥਾਈਲੈਂਡ ਕੀ ਆ ਹਾਂ ਮੈਨੂੰ ਪਤਾ ਆਪਣੇ ਵਰਗੇ ਮੁੰਡੇ ਕੁੜੀਆਂ ਮਿਹਨਤਾਂ ਕਰਨ ਜਾਂਦੇ ਨੇ ਉਹਦੇ ਪਰਿਵਾਰ ਪਾਲਦੇ ਨੇ ਆਪਦੇ ਪੈਸੇ ਭੇਜ ਕੇ ਕਮਾਈਆਂ ਕਰਦੇ ਨੇ ਉੱਥੇ ਨੇਰਾ ਰੋਗ ਆ ਕੀ ਰੋਗ ਜਿਆਦਾ ਦੱਸ ਹੁਣ ਤੈਨੂੰ ਸਮਝਾਤਾ ਦਿੱਤੀ ਗੱਲ ਮੇਰੇ ਛੱਡਦੇ ਉੱਥੇ ਜਨਾਨੀਆਂ ਉੱਥੇ ਲੈ ਲੈਣਗੇ ਉਹ ਲੋੜ ਹੀ ਨਹੀਂ ਉਹਨਾਂ ਨੂੰ ਹਾਂ ਤਾਂ ਨਹੀਂ ਨਾਲ ਲੈ ਕੇ ਗਿਆ ਫਿਰ ਕਹੇਗਾ ਸਾਡੇ ਬਾਬੇ ਨੂੰ ਐਂ ਕਹਿੰਦਾਗਾ ਅੱਛਾ ਜੀ ਮਲੇਸ਼ੀਆ 'ਚ ਵੀ ਹੁੰਦਾ ਇਹ ਗਾਂ ਨੂੰ ਮੈਨੂੰ ਮਲੇਸ਼ੀਆ ਕਹਿੰਦੇ ਨੇ ਕਹਿੰਦੇ ਨਾਲ ਲੈ ਜਾਵਾਂਗੇ ਹੈ ਹੁਣ ਨਾ ਲੈ ਕੇ ਗਏ ਤੈਨੂੰ ਤੂੰ ਤਾਂ ਵੱਡਾ ਤੂੰ ਪੁਜਾਰੀ ਬਣਦਾ ਸੀ ਆਪਦੇ ਬਾਬੇ ਦਾ ਹੁਣ ਤਾਂ ਤੂੰ ਲੈ ਕੇ ਨਾ ਗਿਆ ਤੂੰ ਆ ਦੱਸ ਚਾਬੀ ਮੈਨੂੰ ਲੱਗਾ ਚਾਚੀ ਤੈਨੂੰ ਫੜਾ ਗਈ ਹੋ ਤੂੰ ਲੁੱਚਪਣੇ ਕਰ ਦੇ ਯਾਰ ਤੈਂ ਚਾਬੀ ਤੋਂ ਕੀ ਲੈਣਾ ਉਹ ਯਾਰ ਗੱਦੇ ਸੁਕਾ ਲੈਂਦਾ ਮੈਂ ਉੱਥੇ ਨਾ ਤੈਨੂੰ ਸਾਲਾ ਤਾਏ ਕੀ ਕਰਦੇ ਆਇਆ ਹੋਰ ਕੋਈ ਥਰ ਨਹੀਂ ਬਾਈ ਸਤਸੰਗੀ ਨੇ ਹੋਰ ਅਗਲਾ ਇਤਰਾਜ ਕਰਦਾ ਹੈਗਾ ਨਾ ਤੈਂ ਪੂਰਾ ਤਾਇਆ ਕਦੋਂ ਦੇਖ ਲਿਆ ਜਾਂਦਾ ਪੂਰਾ ਤਾਇਆ ਤਾਂ ਕਹਿੰਦਾ ਛੱਡਣ ਗਿਆ ਹੈਗਾ ਮੁੜੂਗਾ ਓਏ ਉੱਥੇ ਨਹੀਂ ਡੇਰੇ ਦੀ ਗੱਲ ਕਰਦਾ ਉਹ ਕਦੋਂ ਸਤਸੰਗ ਵਗ ਗਿਆ ਓਏ ਚਾਚੀ ਤਾਂ ਜਾਂਦੀ ਹੈ ਆਪਾਂ ਨੂੰ ਪੂਰੇ ਤਾਇਆ ਦਾ ਕੀ ਫਿਰ ਚਾਚੀ ਉਰੇ ਹੈ ਹੀ ਨਹੀਂ ਤੇਰੀ ਓ ਯਾਰ ਚਾਬੀ ਤਾਂ ਦੇ ਦੇ ਤੂੰ ਮੈਂ ਨਹੀਂ ਬਾਈ ਚਾਬੀ ਦਿੰਦਾ ਮੈਨੂੰ ਪੂਰਾ ਤਾਇਆ ਕਹਿ ਕੇ ਗਿਆ ਕਹਿੰਦਾ ਕੋਈ ਮਰਜ਼ੀ ਮੰਗੀ ਜਾਵੇ ਦੇਣੀ ਨਹੀਂ ਹੈਗੀ ਚਾਬੀ ਚਲ ਮਰਜ਼ੀ ਆ ਬਾਈ ਤੇਰੀ ਮਰਜ਼ੀ ਮੁਰਜ਼ੀ ਨਾ ਆਪਦਾ ਕਿਤੇ ਹੋਰ ਪਾਲੀ ਨਾ ਐਡਾ ਦਾ ਤਾਂ ਉਹ ਕਹਿੰਦਾ ਤੂੰ ਸਾਡਾ ਸੈੱਡ ਪਾਇਆ ਹੋਇਆ ਡੇਰੇ 'ਚ ਉੱਥੇ ਪਾ ਲਓ ਸੁੱਕਣੀ ਆ ਚੰਗਾ ਯਾਰ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਕਿਹਾ ਚਾਹ
ਆਪਾਂ ਨੂੰ ਸਰਕਾਰ ਨੇ ਥੋੜੇ ਦਿਨਾਂ ਵਾਸਤੇ ਦਿੱਤਾ ਬੈਜਾ ਹੈ ਕੀ ਗੱਲਾਂ ਕਰੀਏ ਨਾ ਪੂਰੇ ਹੈ ਸਰਕਾਰਾਂ ਦੀ ਕੀ ਗੱਲ ਕਰਦਾ ਸਰਕਾਰਾਂ ਜੇਬ ਚ ਨੇ ਆਪਣੇ ਤੂੰ ਕਿਉਂ ਫਿਕਰ ਕਰਦਾ ਸਾਰਾ ਲੱਭ ਲਾਂਗੇ ਕਿੱਥੇ ਭੱਜ ਜੂ ਹੈ ਉਹੀ ਮਰੀ ਜਾਣਾ ਤੂੰ ਕੋਈ ਨਾ ਆਰਾਮ ਕਰਦਿਆਂ ਰੋਟੀ ਪਾਣੀ ਖਾਂਦੇ ਆ ਫੇਰ ਚੱਲਾਂਗੇ ਚਾਚੂ ਬਣਾ ਲਿਆ ਲੱਭ ਲਾਂਗੇ ਚਾਚਾ ਮਾਸੜਾ ਕਿਉਂ ਚੱਕਰ ਵਿੱਚ ਪਿਆ ਤੂੰ ਕੋਈ ਚੱਕਰ ਨਹੀਂ ਹੈਗਾ ਤੂੰ ਐਂ ਕਰ ਕੋਈ ਮੈਨੂੰ ਇੱਥੋਂ ਦਾ ਸਿੰਬ ਸੁੰਬ ਲੈ ਕੇ ਦੇ ਮੈਂ ਨਾ ਕਾਲ ਕਰਨੀ ਆ ਜ਼ਰੂਰੀ ਆ ਲੈ ਚਾਚਾ ਮੇਰੇ ਵਾਲੇ ਫੋਨ 'ਤੇ ਹੀ ਲਾ ਤੂੰ ਫੋਨ 'ਤੇ ਹੀ ਲਾ ਮੇਰੇ ਵਾਲੇ ਫੋਨ 'ਤੇ ਹੀ ਲਾ ਦੇਖ ਲਾ ਜਵਾਜ ਨੇ ਕਿੱਡਾ ਗੰਦਾ ਨਿਕਲਿਆ ਹੈ ਸਾਰੇ ਟੱਬਰ ਬਾਣੀ ਪਾ ਰੱਖਿਆ ਮੈਂ ਤੈਨੂੰ ਐਂ ਕਹਿਣਾ ਤੀਮੀਆਂ ਤੂਮੀਆਂ ਕੋਲੇ ਫਿਰਦਾ ਹੋ ਤੁਰਿਆ ਹੋ ਮੈਂ ਮੇਰੀ ਲਾਦ ਨੂੰ ਜਾਣਦਾ ਹੋ ਮੇਰੇ ਕੱਟੇ ਬੱਚੇ ਨੂੰ ਮੈਂ ਜਾਣਦਾ ਕਹੀ ਜੀ ਲਾਦ ਮਾੜੀ ਲਾਦ ਨਾ ਹੋਵੇ ਕਿਸੇ ਦੇ ਹੈਂ ਮਾੜੀ ਲਾਦ ਨਾ ਹੋਵੇ ਮਸਲਾ ਸਾਰਾ ਟੱਬਰ ਬਾਣੀ ਪਾ ਰੱਖਿਆ 2.5 ਕਿੱਲੇ ਜ਼ਮੀਨ ਦੀ ਵੇਚਤੇ ਮੈਂ 2.5 ਕਮੇੜਾ ਦੇ ਸਰ ਵਰਗੇ ਬੈਜਾ ਲੈਣ ਬਾਅਦ 2.5 ਕਿੱਲੇ ਵੇਚਤੇ ਹੈਂ ਮਾੜਾ ਹਾਲੀ ਤੁਸੀਂ ਚਾਚੂ ਤਾਂ ਪੀਓ ਚਾਚੂ ਬਣਵਾਓ ਤੂੰ ਹੌਸਲਾ ਰੱਖ ਚੱਲ ਜਿਹੜੇ ਬੇਗੇ ਬੁਗੇ ਤਾਂ ਬਾਅਦ ਚ ਬਣਦੇ ਰਹਿਣਗੇ ਕੁਛ ਨੀ ਹੁੰਦਾ ਆਪਣਾ ਘਰ ਬਚ ਜੇ ਤੈਨੂੰ ਚੰਗਾ ਚੰਗਾ ਹਾਂ ਲੈ ਲੈ ਕੱਟ ਦੇ ਓਏ ਪੁਰਿਆ ਚਾਹ ਪੀ ਇੱਕ ਬੰਦੇ ਲਵੇ ਚੱਲ ਕੇ ਆਉਣਾ ਕਾਲੇ ਕਰਤੀ ਸਰਵਿਸ ਮੋਟਰਸਾਈਕਲ ਜਿਹੜੀ ਚੈਨ ਸੈੱਟ ਪਾਤਾ ਚੱਲ ਵਧੀਆ ਰਿਹਾ ਯਾਰ ਬਹੁਤ ਸੋਹਣਾ ਕੰਮ ਕਰਤਾ ਪੈਰ ਜੋੜ ਕੇ ਗੰਡਾਸੀ ਮਾਰੀ ਨਜ਼ਾਰਾ ਹੀ ਆ ਗਿਆ ਫਿਰ ਵੱਡੇ ਬੈਲੀ ਦੀ ਪੈਸੇ ਕਾਹਦੇ ਪੈਸੇ ਬਾਈ ਤਿੰਨ ਸਾਲ ਪਹਿਲਾਂ ਸਤਸੰਗ ਕਰਾਈ ਦੀ ਘਰੇ ਭੁੱਲ ਗਿਆ ਹੋਣਾ ਅੱਛਾ ਅੱਛਾ ਉਹ ਟੈਂਟ ਦੇ ਹਾਂ ਪੈਸੇ ਤਾਂ ਕਿਤੇ ਭਾਂਡੇ ਨਾਲ ਉਹਦੇ ਡੌਂਗੇ ਮੋੜ ਕੇ 10 ਕੁਰਸੀਆਂ ਤੀਆਂ ਉਹ ਨਹੀਂ ਦੇਖੇ ਖੋ ਗਏ ਜੀ ਤੇਰੇ ਮੇਰੇ ਯਾਦ ਨੇ ਆ ਤੇਰਾ ਦੇ ਕੇ ਨਹੀਂ ਗਏ ਸਰ ਪਤਾ ਕੀ ਹੈ ਐਡੀ ਕੀ ਗੱਲ ਹੈ ਯਾਰ ਲੋਕ ਬਹੁਤ ਵੱਡੀ ਆ ਸੋਨਾ ਪੈਸੇ ਟਕੇ ਦਾਨ ਪੁੰਨ ਕਰਦੇ ਨੇ ਸੋਤੇ ਤੋਂ ਦੋ ਭਾਂਡੇ ਨਹੀਂ ਜਰੇ ਜਾਂਦੇ ਯਾਰ ਇਹ ਕਾਹਦੀ ਸੇਵਾ ਗੀ ਸੇਵਾ ਬਈ ਹੈ ਸੇਵਾ ਗੁਰਦੁਆਰੇ ਮਸੀਤਾਂ 'ਚ ਹੁੰਦੀ ਹੈਗੀ ਤੁਹਾਡੇ ਬਾਬੇ ਕੱਟੂ ਸੇਵਾ ਇਹ ਪੈਸੇ ਦੇ ਕੇ ਚੁੱਪ ਕਰਕੇ ਆਈ ਵਾਰ ਲਾਰਾ ਲਾ ਕੇ ਵਗ ਜਾਂਦਾ ਅੱਡੇ ਤੇ ਖੜਿਆ ਯਾਰ ਵੇਚ ਕੋਈ ਅੱਡੇ ਨਹੀਂ ਗਏ ਤੇਰੇ ਵਾਸਤੇ ਰੋਜ਼ ਦੀ ਕੰਮ ਹੋ ਗਿਆ ਇਹ ਸੁਣ ਮੇਰੀ ਗੱਲ ਦਸ ਬੰਦੇ ਫੇਰ ਕਰੂ ਕੱਲ ਪੈਸੇ ਚੁੱਪ ਕਰਕੇ ਮੇਰਾ ਯਾਰ ਕੰਮ ਕਿਹੜੇ ਆਇਆ ਆਪਾਂ ਇੰਨੀ ਦੂਰ ਚੱਲ ਕੇ ਤੂੰ ਕੰਮ ਕੀ ਕਰੀਏ ਨਾ ਇੱਥੇ ਹੈ ਸਰੂਪਾ ਗੱਲ ਹੈ ਕੋਈ ਭਲਾ ਗੇਰ ਕੱਢਦਾ ਖਰਚਾ ਗੇਰ ਕੱਢਦਾ ਜਦੋਂ ਦੇ ਆਇਆ ਤੂੰ ਆਏ ਸਕੂਟਰ ਜਿਹਦੇ ਲੱਗ ਰਿਹਾ ਉਹਦਾ ਝਾਟੀਆਂ ਲੈਣਾ ਹੈ ਓਏ ਕੰਮ ਕਿਹੜੇ ਆਇਆ ਹੋਇਆ 2.5 ਕਿੱਲੇ ਫੇਚ ਕੇ ਆਪਾਂ ਭਲਾ ਝੂਟੀਆਂ ਲੈਣ ਆਇਆ ਇੱਥੇ ਉਹ ਕਰਾਂਗੇ ਕੰਮ ਵੀ ਕੋਈ ਮੈਨੂੰ ਤਾਂ ਮੇਰੇ ਰੱਗ ਲੱਗੀ ਪਈ ਐ ਤੂੰ ਹੁਣ ਸਕੂਟਰ ਤੇ ਝਾਟੀਆਂ ਲੈਂਦਾ ਫਿਰਦਾ ਹੁੰਦਾ ਅਨਜੋਏ ਵੀ ਤਾਂ ਚਾਹੀਦੀ ਐ ਮੈਂ ਤਾਂ ਜਦੋਂ ਆਉਣਾ ਇੱਥੇ ਆ ਕਰਤਾ ਪਜਾ ਕਰਦੀ ਕਰਦਾਗਾ
पिछले साल मैं दामन थिंदे नूं लैके आ गया मैनूं कहिंदी दवा झूठी मैं मूरे पठियाली कजन दे उखरे च बजा गिड़ी राजा ओदा डिस्क कह लगी इत्थों ओदा कहिंदी एक दो तीन रामाए ताणी जा अपने पार्टी वर्करा नू एक मुंडा आउंदा जिनू मिलना आ आपा गल बात करदे आ ओदे नाल क्यों घाबरदा तू तू अतला के देख ओए तू दे केड़ा जा लीडर बाहर अंदर बग जाने कुछ करते ने स्कूटर स्कटर चला देख लिया करना पैंदा एंजॉय जरूरी है आ गया अपना मुंडा आ जा अपने बंदे हैगे इत्थे वर्कर कोई चक्कर नहीं बंदा आपां लभ लांगे तुसीं मैनूं फोन करना तुहानूं मैं लै जांदा एयरपोर्ट तों आके फोटो पहुंच गई मेरे कोल हां फोटो आपां दिखाई फोटो पहुंच गई आपां कोई गल नहीं मेरा खून खोल जाना मैं तो होर लोटदा बंदा तुसी पता की है समझ मेरी गल नु मेरे अंदर टूटे भरे पए ने नहीं नहीं इत्थे आपा घूरना भी नहीं मुंडा इत्थे नहीं आपा कुछ कह सकदे आपा कानून तो बाहर नहीं होना इत्थे क्यों है मेरा मुंडा है कानून की है कहंदे नहीं नहीं इत्थे तो फिर एवें थोनू ले जानगे चक के फिर ओदा की फायदा खड़ जा पूरे खड़ जा पार्टी वाले बंदे दा फोड़ खड़ जा ओए आ किथे आपा ਆਪਾਂ ਇੱਥੇ ਆ ਜੀ ਆਪਣਾ ਵਿਕਟੋਰੀਆ ਚ ਵਿਕਟੋਰੀਆ ਹੈ ਅੱਛਾ ਠੀਕ ਪੂਰੇ ਮੁੰਡਾ ਲੱਭ ਗਿਆ ਰੌਕ ਬੈਂਕ ਚ ਆਵੇ ਕੋਈ ਨੀ।